ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ ਮਾਮਲਾ ਮੋਬਾ ਦੇ ਮਿਲਣ ਰੋਡ ਦਾ ਹੈ ਜਿੱਥੇ 15 ਦੇ ਕਰੀਬ ਅਣਪਛਾਤੇ ਬੰਦਿਆਂ ਨੇ ਅੱਧੀ ਰਾਤ ਤੱਕ 12 ਵਜੇ ਦੇ ਕਰੀਬ ਰਜਿੰਦਰ ਸਿੰਘ ਦੇ ਘਰ ਵੜ ਪਹਿਲਾਂ ਭੰਨਤੋੜ ਕੀਤੀ ਪਰ ਰਜਿੰਦਰ ਸਿੰਘ ਨਾਲ ਕੁੱਟਮਾਰ ਕੀਤੀ ਤੇ 40,000 ਦੇ ਕਰੀਬ ਨਗਦੀ ਸਿਲੰਡਰ ਅਤੇ LED ਲੈ ਕੇ ਫਰਾਰ ਹੋ ਗਏ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ 15 ਦੇ ਕਰੀਬ ਅਣਪਛਾਤੇ ਵਿਅਕਤੀ 2 ਗੱਡੀਆਂ ਤੇ ਆਏ ਸਨ ਅਤੇ ਅਚਾਨਕ ਘਰ ਵਿੱਚ ਵੜ ਭੰਨਤੋੜ ਕਰਨ ਲੱਗ ਪਏ ਜਿਸ ਵਿੱਚ ਉਹਨਾਂ ਦਾ ਬਹੁਤ ਨੁਕਸਾਨ ਹੋ ਗਿਆ ਹੈ ਜਿਸ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ। 7:15 ਵਜੇ ਸੀ, ਅਸੀਂ ਸੁੱਤੇ ਪਏ ਸੀਗੇ ਤੇ ਪਤਾ ਨਹੀਂ ਅਣਪਛਾਤੇ ਲੋਕ ਸੀਗੇ ਜਿਹਨਾਂ ਨੇ ਸਾਡੇ ਤੇ ਹਮਲਾ ਕੀਤਾ। ਕਿੰਨੇ ਲੋਕ ਸੀਗੇ ਅੰਦਰ? ਤਾਂ 2 ਅਸੀਂ ਵੇਖੇ ਆ, ਬਾਹਰ ਸੀਗੇ। ਕੀ ਕੀਤਾ ਉਹਨਾਂ ਨੇ? ਉਹਨਾਂ ਨੇ ਸਾਨੂੰ ਮਾਰ ਕੇ ਬਾਹਰ ਨੂੰ ਘੱਲਦਾ ਤੇ ਚੋਰੀ ਕੀਤੀ ਸਾਡੇ। ਕੀ ਕੀ ਸਮਾਨ ਲੈ ਗਏ? 35,000 ਸਾਡਾ ਨਗਦ ਸੀਗਾ ਤੇ ਮੇਰੀਆਂ ਬਾਲੀਆਂ ਸੀ, ਪਰਸ ਸੀ ਚ, ਉਹਦੇ 'ਚੋਂ ਬੈੱਡ 'ਚੋਂ ਕੱਢ ਕੇ ਲੈ ਗਏ ਤੇ ਮੇਰੀ ਬੇਟੀ ਦੇ ਪਰਸ 'ਚ ATM ਸੀਗਾ ਤੇ RCC ਸਕੂਟਰੀ ਦੇ ਉਹਦੇ ਪੈਸੇ ਸੀਗੇ ਅਲੱਗ ਤੋਂ, ਉਹ ਲੈ ਗਏ ਨੇ। ਕਣਕ ਲੈ ਗਏ ਨੇ, ਸਿਲੰਡਰ ਲੈ ਗਏ ਨੇ, LED ਲੈ ਗਏ ਨੇ, ਸਾਡੇ ਮੋਬਾਈਲ ਲੈ ਕੇ ਗਏ ਨੇ। ਤੋੜ ਭੰਨ ਸਾਰੇ ਸ਼ੀਸ਼ੇ ਸ਼ੂਸ਼ੇ ਸਾਡੇ ਘਰ ਦੇ ਸਾਰੇ ਜੱਖਣਾ ਵੱਢ ਕੇ ਚਲੇ ਗਏ ਨੇ। ਚੱਲ ਰਹੀ ਹੈ, ਜਦੋਂ ਵੀ ਜਿਹੜੀ ਵੀ ਗੱਲ ਸਾਹਮਣੇ ਆਊਗੀ ਉਸ ਮੁਤਾਬਕ ਕਾਰਵਾਈ ਕੀਤੀ ਜਾਊ। ਕਿੰਨੇ ਲੋਕ ਆਏ ਸੀ? ਕਾਹਦੇ ਤੇ ਆਏ ਸੀ? ਇਹ ਦੱਸਦੇ ਵੀ 2 ਗੱਡੀਆਂ ਸੀਗੀਆਂ ਪਰ ਗੱਡੀਆਂ ਦੇ ਨਾਲ ਨੰਬਰ ਵੀ ਨਹੀਂ ਪਤਾ ਜੀ। ਇਹ ਦੱਸ ਰਿਹਾ ਵੀ 10-15 ਬੰਦੇ ਸੀਗੇ। ਕਾਫੀ ਤੋੜ ਭੰਨ ਹੋਈ ਹੈ ਜੀ? ਹਾਂਜੀ, ਕਾਫੀ ਤੋੜ ਭੰਨ ਹੋਈ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV, ਸੱਚ ਅਤੇ ਹੱਕ ਦੀ ਆਵਾਜ਼।